ਓਹੋ ਮੇਰੀ ਤਾਂ ਢੂਹੀ ਦੁਖਣ ਲੱਗ ਗਈ। ਮਸਾਂ ਪਸ਼ੂਆਂ ਦਾ ਨਮੇੜ ਕੇ ਆਈ ਆਂਗੀ, ਦੇਖਦੀਆਂ ਬੇਬੇ ਨੇ ਜੋ ਕੁਮਾਰੀ ਮੋਟੀ ਦਾਲ ਦੂਲ ਧਰੀ ਹੋਊਗੀ ਕਹਿ ਕੇ ਗਈ ਸੀ, ਮੂੰਗੀ ਦਾਲ ਧਰ ਲਈ। ਦੇਖ ਲਾ ਉਹ ਰਹਿੰਦੀ ਖੂੰਦੀ ਕੋਲੇ ਤਾਈ ਆ ਗਈ, ਉਹ ਬੈਠੀਆਂ ਦੋਨੇ ਕਚਹਿਰੀ ਲਾਈ, ਸਲਾਈਆਂ ਚੱਕੀ ਰੱਖਦੀਆਂ ਸਾਰਾ ਦਿਨ, ਇਹਨਾਂ ਦੀਆਂ ਟੋਪੀਆਂ ਕੋਟੀਆਂ ਨੀ ਲੋਟ ਆਉਂਦੀਆਂ। ਬੇਬੇ ਭਾਈ ਤੈਨੂੰ ਮੈਂ ਦਾਲ ਕਹਿ ਕੇ ਗਈ ਸੀ ਧਰ ਲਈ। ਦਾਲ ਮੈਂ ਤੈਨੂੰ ਕਿੱਥੋਂ ਸੁੱਕੀ ਗੋਭੀ ਤੜਕ ਕੇ ਰੱਖਦੀ, ਮੈਂ ਤਾਂ ਆਪਦਾ ਕੰਮ ਕਰੀ ਜਾਂਦੀ ਹਾਂ ਭਾਈ। ਆਹ ਟੋਪੀ ਜਿਹੜੀ ਕਿਸੇ ਦਾ ਫੜਿਆ ਗਾ ਟੋਪਾ, ਇਹ ਬੁਣ ਕੇ ਦੇਣਾ 100 ਰੁਪਇਆ ਫੜੀ ਬੈਠੀ ਆ। ਬੇਬੇ ਤੈਨੂੰ ਤਾਂ ਸਾਰਾ ਲਾਲਚ ਹੋ ਜਾਣੇ, ਕੋਈ ਗੱਲ ਹੈਗੀ ਸਾਰਾ ਦਿਨ ਲਾਲਚ ਕਰੀ ਜਾਣੇ, ਇੰਨਾ ਲਾਲਚ ਮਾੜਾ ਹੁੰਦਾ। ਮੈਂ ਤੈਨੂੰ ਦੱਸਾਂ, ਮੈਂ ਤੈਨੂੰ ਆਖਿਆ ਸੀ ਵੀ ਮੜੀ ਜੀ ਨਾ ਮੂੰਗੀ ਦੀ ਦਾਲ ਧਰਦੀ, ਆਪਾਂ ਉਹੀ ਖਾ ਲਾਂਗੇ ਪਤਲੀ ਜੀ, ਤੇ ਹੋਰ ਕੀ ਕਰਾਂਗੇ ਹੁਣ। ਹੁਣ ਚਟਨੀ ਕੁੱਟ ਲੱਭਾ, ਚਟਨੀ ਨਾ ਖਾ ਲਾਂਗੇ ਫਿਰ। ਮੈਂ ਤਾਂ ਹੁਣ ਦੇਣਾ ਅਗਲਾ 100 ਰੁਪਇਆ ਫੜੀ ਬੈਠੀ ਆਂਗੀ, ਅਗਲੇ ਜਵਾਨ ਆ ਫਿਰ ਵੀ ਆਏ ਤਾਂ ਨੀ, ਹੁਣ ਕਹਿੰਦੇ ਮੈਂ ਤੇ ਦਾਲ ਤੇ ਬੈਠੀ ਰਹੂੰ ਭਾਈ। ਬੇਬੇ ਤੈਨੂੰ ਤਾਂ ਸਾਰਾ ਲਾਲਚ ਹੋ ਜਾਣਾ, ਆਪ ਤਾਂ ਲੱਗੀ ਲੱਗੀ ਸੀ ਤਾਈ ਵੀ ਲਾਤੀ ਨਾਲ, ਤਾਈ ਉਦੋਂ ਕਹਿੰਦੀ ਐ ਮੈਂ ਅੱਜ ਅੱਜ ਬਣਾਈ ਟੋਪੀ ਬਣ ਕੇ ਲੈ ਜਾਂ, ਇਹ ਅੱਜ ਅੱਜ ਹੀ ਸਿੱਖ ਗਈ, ਦੇਖ ਲੈ ਬੁਮਾ ਮਰ ਜਾ ਵੀ ਕਿੱਡਾ ਬਣਾਈ ਬੈਠੀ ਐ। ਤੇ ਤੂੰ ਕੇ ਨਜ਼ਰ ਲਾਉਣੀ ਐ ਭਾਈ, ਤੂੰ ਕੇ ਦੰਦਾ ਮਾਰਦੀ ਜੇ ਉਹਨੇ ਬਣਾ ਲਿਆ, ਕਿੱਡੀ ਕੁ ਗੱਲ ਲੈ ਦੇਖ ਲੈ ਭਾਈ, ਤੈਨੂੰ ਵੀ ਨੀ ਕੰਮ ਕਰਨ ਦਿੰਦੀ, ਮੈਨੂੰ ਤਾਂ ਆਉਂਦੀ ਐ। ਫਿਰ ਇਹਨੂੰ ਆਉ ਕਰਦੀ ਐ ਤੇ ਮੈਨੂੰ ਵੀ ਸਿਖਾ ਦੇ, ਮੈਨੂੰ ਕੁਛ ਛੱਡਿਆ ਨਾਲ ਹੀ ਮੈਂ ਬਹਿ ਜਾ ਕਰੂੰ ਛੋਟੇ ਚੱਕ ਕੇ ਸਲਾਈਆਂ। ਤੈਨੂੰ ਸਿੱਖਿਆ ਤਾਂ ਫਿਰ 150 ਰੁਪਏ ਤੇ ਲੱਗਦੀ, ਫਿਰ 150 ਰੁਪਏ ਕਹਿੰਦੇ ਫਿਰ ਤੇਰੇ ਬੰਨੀ ਆ ਜਾ ਕਰੂ, ਕਹਿੰਦੇ ਤੂੰ ਸਾਨੂੰ ਕਿੱਥੋਂ ਪੱਛਮ ਕਿਸੇ ਦੀ ਫੜ ਦੇਂਗੀ, ਫਿਰ ਤੈਨੂੰ ਲਾਲਚ ਪੈ ਜਾਊਗਾ। ਦੇਖ ਲੈ ਕਿੱਡੀ ਲਾਲਚਨ ਬੁੜੀ ਐ ਨੀ, ਤੇ ਚਟਣੀ ਕਾਦੀ ਬਣਾਵਾਂਗੇ ਆਪਣੇ ਤੇ, ਚਟਣੀ ਕਰਨ ਨੂੰ ਵੀ ਨਹੀਂ ਕੁਛ। ਹਾਂ ਉਹ ਧਣੀਆਂ ਪਿਆ, ਆਓ ਪਿਆ, ਉਹ ਤੋੜ ਕੇ ਲਿਆ ਕੇ ਮੁੰਡਾ ਧੱਕ ਕੇ ਖੇਤੋਂ, ਆਓ ਪਿਆ ਚੱਕ ਲਾ ਕੁੱਟ ਲਾ ਦੀ ਚਟਣੀ। ਠੀਕ ਐ, ਮੈਂ ਤਾਂ ਸੱਚੀ ਧਣੀਆਂ ਦੀ ਚਟਣੀ ਕੁੱਟਦੀ ਆ, ਫਿਰ ਮੁੱਕਰੀ ਨਾਲ ਮੁੰਡੇ ਆਏ ਤਾਂ ਉਹਨਾਂ ਨੇ ਮੁੱਕਰ ਦੇ ਜਾ ਕੇ ਦੱਸ, ਚਟਣੀ ਬਣਾ ਲੈਣੀ ਮੈਨੂੰ ਕੀ ਬਣਾ ਲੈ, ਮੈਨੂੰ ਤਾਂ ਦਾਲ ਧਰਨੀ ਕੋਈ ਇੰਨਾ ਟਾਈਮ ਲੱਗੂਗਾ, ਮੈਂ ਤਾਂ ਮਾਰ ਕੇ 2 ਘੋਟੇ ਬਣਾ ਕੇ ਚਟਣੀ ਤੜਕਾ ਲਾ ਕੇ ਤੁਹਾਨੂੰ ਖਾਈ ਜਾਇਓ, ਟੋਪੇ ਹੀ ਖਾ ਲਿਓ ਹੁਣ ਫਿਰ। ਚੰਗਾ ਦਾਲ ਦੀ ਥਾਂ ਤੇ ਇਸੇ ਨੂੰ ਧਰਨੀ ਰੋਟੀਆਂ ਤੇ, ਚੰਗਾ ਬਣਾ ਲਾ ਚੁੱਪ ਕਰਕੇ, ਕਰਨਾ ਪੈ ਗਿਆ ਕੰਮ, ਦੇਖ ਕਿਵੇਂ ਫਿੱਟਦੀ ਹੈ ਭੈਣੇ। ਹਾਂ ਤੜਫਦੀ ਆ ਪੂਰਾ ਭੈਣੇ, ਤੜਫਦੀ ਤਾਂ ਹੈ ਭੈਣੇ, ਇਹਨੂੰ ਕੰਮ ਕਰਨਾ ਪੈ ਗਿਆ। ਹੁਣ ਕਹਿੰਦੇ ਅੱਗੇ ਮੈਂ ਕੰਮ ਕਰ ਕਰ ਦੇਈ ਜਾਂਦੀ ਸੀ, ਮੈਂ ਨਹੀਂ ਸੀ ਆਹ ਲਾਲਚ ਕਰਦੀ, ਹੁਣ ਮੈਨੂੰ ਐਂ ਚੱਲ ਕਹਿੰਦੇ ਹੁਣ ਜਦੋਂ ਇਹ ਆ ਜੇ ਆਪੇ ਕੰਮ ਕਰ ਲਿਆ ਕਰੂ, ਮੈਨੂੰ ਐਂ 2 ਰੁਪਏ ਆ ਜਾਣਗੇ। ਇਹਨੂੰ ਐਂ ਤਾਂ ਜੱਜ ਨਹੀਂ ਆਉਂਦਾ ਵੀ ਮੈਨੂੰ ਮੂੰਹ ਮੰਗੀਆਂ ਚੀਜ਼ਾਂ ਮਿਲਦੀਆਂ ਜੇ ਬੁੜੀ ਕੰਮ ਕਰਦੀ ਹੈ। ਹਾਂ ਨਾ ਕਹਿੰਦੀ ਕਿ ਮੈਂ ਤਾਂ ਕੇ ਚਟਣੀ ਕੁੱਟ ਦਿੰਦੀ ਆ, ਲੈ ਦੇਖ ਲਾ ਹੈ, ਮੈਨੂੰ ਵੀ ਸੁਣੀ ਜਾਵੇ ਇੱਥੇ ਬੋਲਦੀ ਬੈਠੀ ਆਪਣੇ ਕੋਲੇ। ਹਾਂ ਸੁਣਨ ਸੀਗੇ ਕੋਲੇ ਸੀ ਉਹ, ਕਿਹੜਾ ਕੰਮ ਦੂਰ ਗਈ ਸੀ, ਕਹਿੰਦੀ ਕਿ ਚਟਣੀ ਕੁੱਟ ਦਿੰਦੀ ਆ, ਲੈ ਫੇ ਕੁੱਟ ਲੈ ਚਟਣੀ, ਆਪੇ ਖਾਊਗੀ ਚਟਣੀ ਨਾਲ, ਮੂੰਹ ਤਾਂ ਮਚਾਊਗੀ, ਤੂੰ ਸਾਡੋ ਲਿਆਈ। ਹਾਂ ਮੈਂ ਉਦੋਂ ਲਿਆਉਂਗੀ ਤੇ ਚਟਣੀ ਨਾਲ ਖਾਊਗੀ, ਪਰ ਚਟਣੀ ਅੱਗੇ ਕਿਹੜਾ ਖਾਦਣਾ ਨਹੀਂ, ਰੁੱਖੀਆਂ ਮਿੱਸੀਆਂ ਖਾ ਕੇ ਟਾਈਮ ਪਾਸ ਕਰੇ, ਕੀ ਹੋ ਗਿਆ ਜੇ ਹੁਣ ਇਹ ਚਟਣੀ ਕੁੱਟ ਲੂਗੀ। ਦੇਖੀ ਜਾਓ ਫਿਰ ਅੱਜ ਚਟਣੀ ਕੁੱਟ ਕੇ ਕਿਦੋਂ ਮੂੰਹ ਮੱਚਿਆ, ਤੂੰ ਦੇਖੀ ਸਹੀ ਸਵੇਰੇ ਨਾ ਸਦੇਹੀ ਧਰ ਲਿਆ ਕਰੂਗੀ, ਆਪੀ ਧਰ ਲਿਆ ਕਰੂ। ਪਰ ਇਹਨੂੰ ਤਾਂ ਆਏ ਵੀ ਆ 2 ਰੁਪਏ ਬੁੜੀ ਕਿਉਂ ਕਮਾਉਂਦੀ ਹੈਗੀ, ਵੀ ਜਿਹੜਾ 150 ਹੁੰਦਾ ਮੈਨੂੰ ਨਾਲ ਦੀ ਨਾਲ ਫੜਾ ਦਿਆ ਕਰੇ। ਮੈਂ ਭੈਣ ਜਿੰਨੀ ਕੁ ਚੀਜ਼ ਬਿਨਾ ਨਹੀਂ ਸਰਦਾ ਉਹ ਨਿਕਲਿਆ ਦਿੰਦੀ, ਹੁਣ ਜੇ ਪੈਸੇ ਆ ਨੀਗਾ ਕਮਾਉਣੇ ਆ, ਆਏ ਤਾਂ ਨੀ ਉਹਦੀ ਲਾਈ ਚੱਲੋ। ਆਪਾਂ ਨੇ ਔਖ ਮੰਨਦੀ ਆ ਫਿਰ ਤੇਰੀ ਆ, ਬਸ ਸਲਾਈਆਂ ਦੀ ਔਖ ਮੰਨਦੀ ਹੈ, ਬਸ ਵੀ ਸਾਧਨ ਬਸ ਮੇਰੇ ਮੂਹਰੇ, ਬਸ ਮੂਹਰੇ ਮੂਹਰੇ ਕੰਮ ਕਰੀ ਜਾਇਆ। ਹਾਂ ਹਾਂ ਨਾ ਸਿਆਲ ਦਾ ਮਹੀਨਾ ਭੈਣੇ, ਹੁਣ ਆਹੀ ਮਹੀਨਾ ਬਣਵਾਉਣਗੀਆਂ ਅਗਲੀਆਂ ਤੇਰੇ ਮੇਰੇ ਵਰਗੀਆਂ, ਮਗਰੋਂ ਕੌਣ ਬਣਵਾਉਣਾ, ਮਗਰੋਂ ਵੇਲਣੀ ਆ ਆਪਾਂ। ਹਾਂ ਮਗਰੋਂ ਭਾਈ ਚਾ ਕੰਮ ਕਰਨ ਤੀਆਂ ਘਰ ਦਾ, ਆ ਚੱਲ ਬਸ ਹੁਣ ਮਹੀਨਾ 20 ਦਿਨ ਆ ਬਸ। ਹਾਂ ਜੇ 2 ਪੈਸੇ ਬਣ ਜਾਣਗੇ। ਮੈਂ ਕਹਿੰਦੀ ਜੇ ਤੂੰ ਪਿੰਡ ਚ ਗਈ ਤਾਂ ਮੇਰੇ ਕੋਲ 1-2 ਕੋਟੀਆਂ ਦੀ ਰਹੇਗੀ, ਆਹ ਸਵੈਟਰ ਟੋਪੀਆਂ ਕੋਟੀਆਂ ਦੀ, ਤੇ ਫੜ ਲਈ ਬਖਸ਼ਮ ਚੰਗਾ। ਨਾ ਫੜ ਲਿਆਉਂਗੀ ਮੈਂ, ਨਾ ਕਿਸੇ ਨੂੰ ਹੋਰ ਪੁੱਛ ਲਵਾਂਗੀ। 1-2 ਟੋਪੀਆਂ ਕੋਟੀਆਂ ਦੀ ਮੈਨੂੰ ਹੋਰ ਲਿਆਦੀ, ਮੰਗਾ ਸਹੀ ਬੇਬੇ, ਮੈਂ ਸਿੱਖੂੰਗੀ, ਮੈਂ ਜਮਾ ਨਹੀਂ ਬਣਨ ਦਿੰਦੀ ਤੈਨੂੰ। ਕੀ ਗੱਲ ਭਾਈ, ਤਾਈ ਨੂੰ ਤਾਂ ਤੇ ਮਿੰਟ ਚ ਸਿਖਾਦਾ, ਮੈਨੂੰ ਤਾਂ ਸਿਖਾਉਂਦੀ ਨਹੀਂ, ਕੰਮ ਦੀ ਮਾਰੀ ਨਹੀਂ ਸਿਖਾਉਂਦੀ, ਸਾਰੀਆਂ ਗੱਲਾਂ ਸੁਣ ਲੈਂਦਾ ਮੈਂ ਛੋਟੀਆਂ, ਜਿਹੜੀਆਂ ਕਰ ਦਵਾਂ ਮੈਂ ਤੈਨੂੰ ਦੱਸਾਂ। ਕੱਲ ਨੂੰ ਸਲਾਈਆਂ ਮੈਂ ਬਣੂੰਗੀ, ਕੰਮ ਤੂੰ ਕਰੀ, ਆਪਾਂ ਤਾਂ ਬਾਰੀ ਨਾਲ ਕਰਿਆ ਕਰਾਂਗੇ, ਇੱਕ ਦਿਨ ਤੂੰ ਬਣ ਲੈ ਕਰ, ਇੱਕ ਦਿਨ ਮੈਂ ਬਣਿਆ ਕਰੂੰ। ਕੁਲੇ ਵੀਰ ਕੋਈ ਨਾ, ਫੇਰ ਕੀ ਹੋ ਗਿਆ ਜੇ ਤੇਰੀ ਬੇਬੇ ਬੋਲ ਲੈਂਦੇ ਕੋਈ 2 ਪੈਸੇ ਲਿਆਉਂਦੀ ਹੈ, ਉਹੀ ਚੱਲ ਕੋਈ ਆਪਦੀ ਕੁੜੀ ਨੂੰ ਕੋਈ ਚੀਜ਼ ਕੱਪਾ ਦੇ ਦਿੰਦੀ ਹੈ। ਨਹੀਂ ਘਰੇ ਉੱਥੋਂ ਘਰੋਂ ਮੰਗੇ, ਮੈਂ ਕੱਲੀ ਕੁੜੀ ਵਾਸਤੇ ਆ, ਕੁੜੀ ਵਾਸਤੇ ਬੁਣ ਬੁਣ ਕੁੜੀ ਨੂੰ ਦੇਈ ਜਾਂਦੀ ਤੇ ਮੈਨੂੰ ਕੀ ਦਿੰਦੀ ਹੈ, ਜੇ ਮੈਂ ਸਿੱਖ ਜੂ ਤੈਨੂੰ ਕੀ ਤਕਲੀਫ ਹੈ। ਇੱਦਾਂ ਹੀ ਚੁੱਪ ਕਰਕੇ ਸਾਡੇ ਘਰੇ ਸਿੱਖਣਾ ਹੈਗੀ, ਬੋਲਣਾ ਆਪਦਾ ਸਾਡੇ ਸੱਸ ਨੂੰਹਾਂ ਚ ਬੋਲਣਾ, ਮੈਂ ਤੈਨੂੰ ਸੱਚ ਸਾਡੀ ਆਪ ਵਿੱਚ ਦੀ ਗੱਲ ਹੈ, ਤੂੰ ਨਾ ਵਿੱਚ ਟੰਗ ਰਾਵ ਦੀ, ਚੰਗਾ ਭਾਈ ਸਿੱਖ ਲਈ, ਚੰਗੀ ਗੱਲ ਹੈ ਤੇਰੀ, ਚੰਗਾ ਆਏ ਨੀ ਕਹਿਣ ਦਾ, ਵੱਡਾ ਬੰਦਾ ਹੈ, ਤੇਰੀ ਤਾਈ ਹੈ, ਮਾਮਾ ਵਰਗੀ ਆ, ਮੈਨੂੰ ਤਾਂ ਬੋਲੀ ਜਾਂ ਨਹੀਂ, ਇਹਨੂੰ ਨਾ ਬੋਲ, ਇਹ ਦੱਸ ਕਰ ਹੋਰ ਵੀ ਦੱਸੋ ਜਾ ਕੇ ਵੀ ਉਹਦੀ ਨੂੰਹ ਇਹੋ ਜੀ ਹੈ। ਬੇਬੇ ਫਿਰ ਦੱਸੀ ਜਾਵੇ, ਉਹ ਕਿਹੜਾ ਤੁਸੀਂ ਦਰਦੀਆਂ ਨਹੀਂ, ਉਹ ਕਿਹੜਾ ਤੁਸੀਂ ਨੂੰਹਾਂ ਦੀ ਸਰਾਇਤਾ ਕਰ ਦਵੋ, ਤੁਸੀਂ ਤਾਂ ਨੂੰਹਾਂ ਦੀਆਂ ਇਕੱਠੀਆਂ ਉੱਕ ਚੁਗਲੀਆਂ ਕਰਨ ਆਉਂਦੀਆਂ। ਆ ਦੇਖ ਲਾ ਮੈਂ ਕੋਲੇ ਫਿਰਦੀਆਂ ਰਸੋਈ ਚ, ਮੇਰੇ ਹੁੰਦੀ ਮੜ ਗਈਆਂ। ਕੀ ਕਰਨ ਹੁੰਦੇ ਚੁਗਲੀਆਂ ਕਰਦੀਆਂ ਭਾਈ, ਐਂ ਆਖਿਆ ਵੀ ਜੇ 150 ਕੋਲੇ ਹੁੰਦਾ, ਜੇ ਜੀ ਜੀ ਤੂੰ ਮੰਗਦੇ ਕੁੜੀਆਂ ਕਰਤੀਆਂ ਤਾਂ ਲਿਆ ਦੇਣਾ, ਨਹੀਂ ਮੈਂ ਮੁੰਡੇ ਤੋਂ ਮੰਗੂ, ਮੁੰਡਾ ਸਾਹ ਮੰਗੂਗਾ ਵੀ ਕੀ ਲੈ ਕੇ ਦੇਣਾ, ਕੀ ਦੱਸੂ ਮੁੰਡੇ ਨੂੰ ਮੈਂ ਬਹੂ ਨੂੰ ਕੀ ਲੈ ਕੇ ਦੇਣਾ। ਲੈ ਦੇਖ ਲਾ, ਤੈਨੂੰ ਮੈਂ ਕਹੀ ਤਾਂ ਜਾਂਦੀ ਆ ਵੀ ਭਾਈ ਮੈਨੂੰ ਸਿਖਾ ਦੇ, ਮੈਂ ਆਪ ਹੀ ਬੁਣ ਲਿਆ ਕਰੂੰ, ਮੈਂ ਆਪ ਹੀ
चल कोई ना फड़ ले। मैं पैसे कहने कोटियां टोपियां लाने जाके पेकी दे आनी है, पैसे तो इतनी लग रहे ओ तो जरक देने कह रही है मैनू आ लोशन लिया दे, आ मैनू क्रीम लिया दे, आ मैनू पाउडर लिया दे। उदो तो मैनू कहने बार नहीं टप्पण दी गिनतियां करा दनी है, हुण कहने छेती मेरे पैसों ते लग दी है भी तेरे को पैसे है। ते चंगी दाल तो बिना कहने रोटी नहीं खांदी, अज ही नहीं दाल पैने देख ला लई, अज ही तो नहीं है पिछे चटनी कुट दी, अज ही टप्पी इन्हें सौ सौ कुछ बोल दी है। हां देख ला फिर उस गल मंगू दाल तो नहीं, हुण औखी हो गई औखी, ते फिर तड़प जे दे दे जेड़े अपने कोले आउंदी है, जेड़े दे दे मुड़ मुड़ के अपने कोले आउंदी है जी। चटनी कुटनी पेगी पिटी जाती है, देख ला देख ला चटनी कुटनी है, लक्षण है ना चटनी कुटना करके फिर राजी नहीं जमी नहीं राजी तो मार के था हुन ना होना है तो या कर तू ना बिच बारा बार मैं तन्न सा तू बिना गल तो पंगे ली जानी फिर मैं तेरे पांव उठ के पास छड़े हूं कुड़ा है कि मैं छड़े आंगे बाहर के बैठी है छड़ के नहीं नहीं पाले जमी नहीं आकर हलो बोल ले नहीं पाने पूछना जमी नहीं सुन ना भी और ही नहीं आकर इतना बोल दिया तो यार बोल ना हम जा कोई नहीं पाने पूछना ये तो ना गिट दी जीव लगी ना भी टॉपी की ते चल तुरती लग साडे करो मैं तो आ गया ये फेरे ना आ जा आ जा नहीं पाने नहीं चल 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 छोड़ कर चल आ तू वो भी नहीं मैं कर आहो हां चल सिख के दौर पिया काम कर लू तेरे की कहना बीरा उठा ना फिर मेनू क्या बोल दी बेच चटनी करने की मारी कहना टप्पी जी मैं कुछ मर्जी करा ए नू कुछ मर्जी करे तू बोलिए ना निकले मैं तो बोल पे नहीं नू दिखा मैंने वोट नहीं दिता जी मैं तू दिन नू को बग जाए नू को दिन कटिया कर दी कर दिन कटिया डंडा खिंच के रखा कर काला खिंच गए डंडा खिंचा कर पूरा कम तो रखे भेने बनाओ ना कर ना कहने बीहां कप्पे टोए पटते यार कोई डिगूगा रोज का कम हो गया ना चल देख दिया रौला जहा पता नहीं क्यों पाई जानी सी बुढ़िया बेबे पता नहीं किधर गई है हुण आथणे हरप्रीत तू की करी जानी है चटनी कुट दी चटनी यार देख ला जा चटनी कुट दी है आहो तू जलूस की कटी जानी है तुसी अच्छा इतने काम चलता है अपने बार के टूटी वाले पेपा पाई जाने बुरा लगता है बंदा माड़ा मोटा देख लिया करो ना बुरी मैं लगती है कि तेरी मां लग जाए मेनू तो तू भी सुनाई करना वे बुरी लगती है और तेरी मां उतो नहीं बोलती टप्पी तेन नहीं दिखी और मैं दिखती तेन बोलती बोलती है बोलती हूं बैग मैं तेन कहना तू तो सेनी बेनी है पढ़ी लिखी है अब बंदे की कहेंगे बगाने बंदे सीगे अच्छा बंदे नु मैं ही देखी जाया करा बेबे ना देखा करे ओ बेबे चंगे आए जाले आ देख ला आ चक ले जो लोकां दे गोले हैं खरे एक दा फड़ लेंगे 100 रुपया ले लंदी 100 रुपये दी केदी टोपी बुनती केदी जराबा बुनतियां केदी कहनी जैकेट बुननी केदा ब्लाउज बुननी सारा दिन यही कम्मा ते रहने घर दा डक्का नहीं तोड़दी मैं आखिया सी वी मूंगी दी दाल ढाली मैं हुण मज्जा सामक के आईयां मैनू कहनी चटनी कुट ला धनिया पे फिर आपां वी चटनी कुटती ओ तैनू दस मेरी मां की माड़ा करदी है वो 2 रुपये कमा के देती है तेरा की नुकसान इन्होंने गलों चा ना कमा के दे मेरे कड़े बेबे ने बैंक भरना पी भी मेरे नाते धरके आ 100 रुपये बैंक च जमा कराया आँदी है और मेरी गल सुन ले तू जे मेरी मां ने बैंक नहीं भरिया वो ना तो तेथों मंगती है ना मेथों मंगती है आवे दवाई बूटी चुके तो बनाई लेंदी है तेरे दवाई बूटी चुक रहे जिन्हें कट्ठे होंगे सारे कट्ठे करके ना कुड़ी नू दे दंदी है क्यों की गल कुड़ी नू जदों आपां तिहार ब्याह लाउंदे सब कुछ दे के आने ऐ तां फिर किन्ना मर्जी दे जावे इकट्ठा करके जिन्ने बनाउंदी है सारे कुड़ी कोले ले जांदी है देख मैनू नहीं पता जेड़ियां हुण बेबे कहिंदी कोटियां टोपियां मैनू पता भी कीदियां फड़के लैणियां मैं बुणूंगी उन्हां ने पैसे मैं लाउंगी ओ तू कित्थों बुण लेंगी तू नहीं बुण सकदी ओ तां मेरी मां ही है जिहड़ी बैठी बुणी जांदी है नाले जिहड़ियां गल्लां तू करदी है वी चक्क के आउंदी है कुड़ियां नू दे दिंदी है ओ जे ना ओह टोपियां ते कोटियां बुणूंगी फिर आप तो मैथों फड़के दू मेरी जेब चो पैसे जाएंगे फिर चंगे रहोंगे
ना जेब चो पैसे रोज तो नहीं होंगे फिर जो आप बिहार त्यार से दे के आना रोज थोड़ी देते होंगे कुड़िया सीख ला कुड़िया भी जान दया कोटिया टोपिया दी अगर धियान तो सिखाता मेनू सारा दिन कम च खब के रख दी और ताई 70 साल की हो रही ओनू तो सलाइया सिखातना मेनू कहनी तू नहीं सीख सकती मेनू पति है मेनू आया भी फिर काम कौन करूगा कदे पशुआ का कदे कदे मैसा का गोवा चिटे कदे उन्होंने नीरा पाया कदे कपड़े धोले कदे रोटी बना दी कली दाल नू क्या सी ओनी तरी मैं भी हूं चटनी खवाऊ सू बारा सारिया पाऊ मिर्चा देखी मां पता ना मुंह गल कर दी मेरी मां का टाइम तो राम राम कर माला फेरन का वह तेरे ता भी कम कर दी है तेरे धंधे कर दी है हजे मेरी मां तेन माड़ी लगती है ना हो एडी छेती तेरी मां राम राम करने वाली भी होगी एडी कि कबड़ी होगी और तुरदी ने तो पैर च बट नहीं पैदा जाने का टाइम से दकड़ दकड़ जमे 12 साल दिन मटियार तुरद होगा डेने तू भी मेरे नाल इन्हें पंगे आके ताई बोले ताई आके तेरी नू तो बाली पैड़ी आके मैं चटनी कुट दी के मैं रौला पाउंदी चटनी कुटनी पेगी ताई का हक सी ताई तो अपना जान बुझ के जलूस कढ़ाउंदी सी वी बार के चार बंदियां नू सुने तैना जलूस लिख ले माड़ा मोटा अगली आपकी अकल नू भी हथ मार लिया कर तेरी मां मारे अकल ना हथ तेरी मां रल के उठ गई कहनी रात भी इन्हें घरे कटूंगी घरे नहीं आँगी जा लिया तेरी मां भाग गई भग जा ना बीबे कहनी मैं रात बोलू कहनी मैं नहीं आँगी घरे कह के नहीं है मैं रात कट दी सोनी लगते जाके लिया तू बीबे मैं नहीं आनी आँगी मैं आप ही लिया जाके मेरा हथ ताई ना बिना गल तो पंगा पै दी ताई पहला बोल के गई मेरे ना तू ही लिया जाके उठ जा घरों करती मेरी मां मैं कभी है मैं भेजी है आप गई है मैं लिया जाके जा कर लिया कमा बता लिया करा बड़ा आ गया मां ले इन्हू तो कोई नी बड़ी आ गई ज्यादा कामी कोई तरह माड़ा कर दी है वो अही जी बेबे है ये उठे जाके रहूंगी मैं जाके ले उन्हें ਕਿਵੇਂ ਭਾਣੀ ਹਾਂ ਬਣ ਗਿਆ ਤੇ ਰਿਹਾ ਕਿ ਰਹਿੰਦਾ ਹਜੇ ਨਾ ਭਾਣੀ ਰਹਿੰਦਾ ਹੈਗਾ ਵੀ ਅੱਛਾ ਹਾਂ ਨਹੀਂ ਤਾਂ ਰਹਿੰਦਾ ਮੇਰੇ ਵੀ ਰਹਿੰਦਾ ਹਜੇ ਵਧੀਆ ਬਣਦਾ ਹਾਂ ਵਧੀਆ ਬਣਦਾ ਭਾਣੀ ਬੜਾ ਹੀ ਸੋਹਣਾ ਹੈਗਾ ਘਰੇ ਦਾ ਜੇ ਤੂੰ ਹੁੰਦੀ ਤੈਨੂੰ ਉਹਦੀ ਕੰਮ ਲਾ ਲੈਂਦੀ ਉਹ ਵਧੀਆ ਬੈਠੀ ਹੈ ਤਾਈਆਂ ਤਾਂ ਆ ਗਈ ਬੈਠੀ ਕਹਣਾ ਭਾਣੀ ਆ ਤਾਂ ਗਈ ਮੈਂ ਤੇਰੇ ਨਾਲ ਮੈਨੂੰ ਟੱਚ ਵੀ ਹੋਈ ਪਈ ਹੈ ਤੇ ਮੈਨੂੰ ਤਾਂ ਨੀਂਦ ਨਹੀਂ ਆਉਣੀ ਤੇਰੇ ਕੋਲ ਕੀ ਗੱਲ ਭਾਣੀ ਨੀਂਦ ਕਿਉਂ ਨਹੀਂ ਆਉਂਦੀ ਮੈਂ ਤੂੰ ਕੀ ਦੱਸ ਕੋਈ ਰੋਹੀ ਰੋਹੀ ਦੀ ਹੈ ਮੰਗ ਤਾਂ ਨਹੀਂ ਬੈਠੀ ਕੋਲੇ ਘਰੇ ਬੈਠੀ ਆ ਨਹੀਂ ਬੈਠੀ ਤਾਂ ਘਰੇ ਆ ਭਾਣੇ ਮੈਨੂੰ ਟੱਚ ਵੀ ਜੀ ਹੋ ਜਾਂਦੀ ਹੈ ਕਹਿੰਦੇ ਜਦੋਂ ਕਿਸੇ ਦੇ ਘਰੇ ਵੱਜ ਜਾ ਹਰ ਖਜ ਮੈਂ ਕਹਿਤਾ ਹੋਈ ਮੇਰੀ ਨੂੰਹ ਨੂੰ ਵੀ ਮੈਂ ਆਉਂਦੀ ਨਹੀਂ ਮੈਂ ਤਾਂ ਰਾਤ ਨੂੰ ਉੱਥੇ ਰਹੂੰ ਜੇ ਮੇਰੀ ਨੂੰਹ ਜਾਂ ਮੇਰੇ ਪੁੱਤ ਨਾ ਆਏ ਕਹਿੰਦੇ ਫਿਰ ਮੈਂ ਕੀ ਕਰੂੰਗੀ ਉਹ ਮੇਰੇ ਪੁੱਤ ਤਾਂ ਭਾਊ ਉਹਨੇ ਕੀ ਪਤਾ ਦੱਸੂ ਕਿ ਨਾ ਦੱਸੂ ਵੀ ਕਿਤੇ ਨਾ ਗਈ ਹੈ ਹਾਂ ਭਾਣੇ ਪੁੱਛੂਗਾ ਕਿ ਮੁੰਡਾ ਅੱਜ ਤੇ ਮੇਰਾ ਪੁੱਛੇ ਵੀ ਮੇਰੀ ਮਾਂ ਕਿੱਥੇ ਹੈਗੀ ਹਾਂ ਹਾਂ ਪੁੱਛੂ ਤਾਂ ਸੇ ਤੇ ਪਾਵਾਂਗੇ ਕਿੱਥੇ ਆਪਾਂ ਨੇ ਭਾਂ ਸੁਖਣਾ ਪਾਣ ਨੂੰ ਬਥੇਰਾ ਥਾਂਗਾ ਦੱਸ ਕੋਈ ਤਨ ਤੂੰ ਵਿੱਚ ਨਹੀਂ ਪਾਉਂਦੀ ਤਨ ਅੰਦਰ ਹੀ ਪਾਉਂਗੀ ਮੈਂ ਪਾਵੇਂਗੀ ਤਾਂ ਅੰਦਰ ਹੀ ਭਾਣੇ ਮੈਂ ਤਾਂ ਸੋਚ ਜੀ ਹੋਈ ਪਈ ਹੈ ਜੇ ਮੇਰਾ ਮੁੰਡਾ ਮੈਨੂੰ ਨਾ ਲੈਣ ਆਇਆ ਨਾ ਨੀਂਦ ਆਈ ਕਹਿੰਦੇ ਫਿਰ ਮੈਂ ਕਿਵੇਂ ਕਰੂੰਗੀ ਡਰ ਲੱਗੀ ਆ ਭਾਣੇ ਮੁੰਡਾ ਦੇ ਦੋ ਮੁੰਡੇ ਨੇ ਆਉਣਾ ਹੁੰਦਾ ਜੇ ਬਹੁਣੀ ਅੱਖ ਨਾਲ ਦੱਸਣਾ ਹੁੰਦਾ ਤਾਂ ਫਿਰ ਤੈਨੂੰ ਬਹੁ ਆਉਂ ਕਿਉਂ ਦਿੰਦੀ ਮੇਰੇ ਨਾਲ ਗੱਲ ਸਹੀ ਹੁਣ ਮੇਰੀ ਕਦਰ ਤਾਂ ਹੈ ਨਹੀਂ ਕਰਦਾ ਨਾ ਭਾਣੇ ਹੈ ਹੀ ਨਹੀਂ ਕੋਈ ਮੇਰੀ ਪਿੱਛ ਪੜਤਾ ਕਰਦਾ ਕੋਈ ਨਹੀਂ ਕਰਦਾ ਹਨਾ ਨਾ ਨਾ ਕੋਈ ਨਹੀਂ ਕਰਦਾ ਮੈਂ ਤਾਂ ਕਹਿੰਦੀ ਨਹੀਂ ਕੋਈ ਮੁੰਡਾ ਤੇਰੇ ਮਗਰ ਆ ਜੂਗਾ ਬਹੂ ਆ ਜੂਗੀ ਮਗਰ ਗੱਲ ਸਹੀ ਹੈ ਭਾਣੇ ਕਿਉਂ ਕਲਪਨਾ ਕਰੀ ਆਪਦੇ ਮਾਨ ਨਾਲ ਚੱਲ ਜਾ ਇਹਨੂੰ ਖਾਵੇ ਦੋ ਰੋਟੀ ਤੇ ਨੂੰ ਪਕਾਉਂਗੀ ਕਹਿੰਦੇ ਜਿੱਥੇ ਤੈਨੂੰ ਦੋ ਦੇਊਗੀ ਮੈਂ ਦੇ ਦੂਗੀ ਤੈਨੂੰ ਕੋਈ ਲੱਖ ਦੇਣੀਆਂ ਕਿਉਂ ਭਾਣੇ ਕਿ ਤੈਨੂੰ ਮਾਲੀ ਆਈ ਆਪਦੇ ਨਾਲ ਫੇਰੀ ਸੁਖਣਾ ਰੋਟੀ ਦੁੱਧ ਬਾਅਦ ਤੈਨੂੰ ਸਾਰਾ ਕੁਝ ਦੇਵਾਂਗੇ ਫੇ ਠੀਕ ਹੈ ਭਾਣੇ ਮੈਂ ਕੀ ਮੇਰੇ ਨੂੰ ਮੰਗ ਤੇਰੇ ਨੂੰ ਵੀ ਪੈੜੀ ਹੋਵੇ ਮੈਂ ਨੂੰ ਨਾ ਰੇਵੇ ਰੋਟੀ ਹਾਂ ਭਾਣੇ ਸਾਡੀ ਬਹੂ ਨਹੀਂ ਆਇਆ ਕਰਦੀ ਫਤਿਹ ਮੈਂ ਚਾਰ ਜਣੇ ਆ ਜਾ ਰੋਟੀ ਖਾਣ ਨਾਲ ਜਾਂ ਮੱਥੇ ਬੱਠ ਨਹੀਂ ਪਾਉਂਦੀ ਤੁਹਾਡੀ ਬਹੂ ਮੰਗੂ ਗੱਲ ਸਹੀ ਹੈ ਸਾਡੀ ਬਹੂ ਤਾਂ ਬਾਹਲੀ ਕਾਗ ਦੇਸਣਾ ਬਾਹਲਾ ਕਲੇਸ਼ ਕਰਦੀ ਹੈ ਭਾਣੇ ਮੇਰੇ ਤਾਂ ਕਿੱਥੇ ਪੁੱਤ ਦੇ ਪੱਲੇ ਪੈ ਗਈ ਉਹ ਨਹੀਂ ਭਾਣੇ ਉਹ ਤਾਂ ਦੇਖ ਮੈਨੂੰ ਕਿਵੇਂ ਬੋਲੇ ਹਾਂ ਦੇਖ ਲੈ ਆਪਾਂ ਨੂੰ ਐਂ ਬਾਹਾਂ ਫੜ ਫੜ ਕੇ ਉਹ ਕੱਢਣਾ ਹੀ ਗੱਲ ਕਰਤੀ ਕਹਿੰਦੀ ਬਾਗ ਜੋ ਛੇਤੀ ਬਾਗ ਜੋ ਛੇਤੀ ਤੇ ਕੰਮ ਕਰਨਾ ਪੈ ਗਿਆ ਉਹਨੂੰ ਕੰਮ ਦੀ ਹੋ ਗਈ ਉਹ ਮਾਰੀ ਉਹ ਮੰਗੀ ਹੈ ਉਹਨੂੰ ਆਏ ਹੋ ਗਿਆ ਵੀ ਤਾਈ ਬੈਠੀ ਹੈ ਤਾਈ ਬੈਠੀ ਹੈ ਦੇਖ ਲੈ ਤੇਰੇ ਸਲਾਈਆਂ ਤੇ ਕਿਵੇਂ ਮੱਚਦੀ ਸੀ ਕਹਿੰਦਾ ਸਿੱਖਿਆ ਤਾਂ ਮੈਨੂੰ ਸਿੱਖਿਆ ਦੇ ਨਾ ਫਿਰ ਆਪ ਸਿੱਖ ਲੈ ਸਿੱਖੋ ਕਿੱਥੋਂ ਸਾਰਾ ਦਿਨ ਤਾਂ ਮੋਬਾਈਲ ਤੇ ਠੂੰਗਾ ਮਾਰੀ ਜਾਂਦੀ ਰੋਟੀਆਂ ਕਰਨਾ ਪੈ ਜਾਏ ਕਹਿੰਦਾ ਦਾਲ ਪਾਣੀ ਦਾ ਕਰਨਾ ਪੈ ਜਾਏ ਕਿਵੇਂ ਰੋਂਦੀ ਹੈ ਦੇਖ ਤੈਂ ਦੇਖੀ ਨਹੀਂ ਚਟਣੀ ਕੁੱਟਣ ਵੇ ਕਿਵੇਂ ਮੁੰਡਾ ਤੇ ਘੋਟਾ ਮਾਰਦੀ ਸੀਗੀ ਚਲਾ ਚਲਾ ਹਜੇ ਆ ਨਹੀਂ ਪਤਾ ਮੁੰਡਾ ਪੁੱਛੇ ਉਹਨੂੰ ਵੀ ਚਟਣੀ ਕੁੱਟੀ ਜਾਂਦੀ ਹੈ ਪੁੱਛੂਗਾ ਮੁੰਡਾ ਦਾ ਮੁੰਡੇ ਦਾ ਹੈ ਆਖੋ ਤੇਰੀ ਮਾਂ ਨੇ ਲੈ ਕੇ ਨਹੀਂ ਦਿੱਤੀ ਦਾ ਇਹ ਜਾਂ ਕੁਛ ਬੋਲੂ ਮੁੰਡੇ ਨੂੰ ਘਰੇ ਰੁੰਗੀ ਤਾਂ ਪਈ ਹੋਊਗੀ ਆਲੂ ਪਏ ਹੋਣਗੇ ਮੁੰਗੀ ਤਾਂ ਰੁਕ ਤਾਂ ਮੁੰਗੀ ਤਾਂ ਨਾ ਚੱਜੀ ਨਹੀਂ ਪਤਾ ਹੀ ਨਹੀਂ ਵੀ ਕਿਵੇਂ ਧਰਨੇ ਕਿਵੇਂ ਨਾ ਮੁੰਗੀ ਕਿਹੜਾ ਧਰਨੇ ਆਉਂਦੀ ਆ ਉਹਨੂੰ ਕੱਲੀ ਬੋਲਣ ਵਾਲੀ ਹੈ ਪੰਜ ਧਰਨ ਤੂੰ ਵੀ ਜਮਾ ਧਰਿਆ ਕਰ ਆਪੇ ਬਣਾਇਆ ਕਰੂਗੀ ਸਾਡੇ ਆਪਦੇ ਖਾਣ ਨੂੰ ਕਿਤੇ ਨਾ ਸਰਿਆ ਉਹ ਤੈਨੂੰ ਪਤਾ ਨਹੀਂ ਕੀ ਟਾਈਮ ਹੋਇਆ ਪੁੱਤ ਇੱਥੇ ਬੈਠੀ ਆ ਹੁਣ ਬੈਠਣਾ ਆ ਪੁੱਤ ਕਹਿੰਦਾ ਜਦੋਂ ਮੈਂ ਨਾਲ ਲੜਪੀ ਕਰੇ ਕਹਿੰਦਾ ਬਾਈਆ ਤੂੰ ਵੀ ਲੜਪੀ ਕਹਿੰਦਾ ਸਾਡੇ ਨਾਲ ਦੋਨਾਂ ਨਾਲ ਤੇ ਤਾਈ ਨਾਲ ਨਾ ਮੇਰੇ ਨਾਲ ਕਹਿੰਦੇ ਆਦੀ ਸਵਾਨੇ ਚੱਕੀ ਬੈਠਾ ਦਾਲ ਧਰੋ ਆਦੀ ਮੈਨੂੰ ਆਦੀ ਮੁੰਗੀ ਦੀ ਉਹ ਬੇਬੇ ਤੂੰ ਤਾਂ ਸੇਣੀ ਬੇਣੀ ਆ ਆਪਣੇ ਨਾ ਬਾਰ ਕੇ ਦੇਖ ਲੈ
वो टूटियां का काम चलता है उत्थे तुसी की जुलूस कढ़िया मैं बारगी खड़ा सीगा सारियां तुसी सुन दियां सी अमृत ताई नहीं उदों ये मच दी फूस पा के आई है बाबा जो भी गल पाई गया ना पर कर दो गल पाई गया दोने नहीं संग मानदे कि ये ताई मेरे को मर जांदे सी दोने बनांदे लग के ना यह 2 रुपया का काम मैं कर दियो ना मैं कर दियांगी बेबी 2 रुपया का काम ता कर दियो तू ऐं दा देखना सी मेरी ताई का घर ता नहीं उत्थे अपना घर सीगा ਉਹ ਲੋਕ ਆਪਾਂ ਨੂੰ ਕੀ ਕਹਿਣਗੇ ਉੱਥੇ 10 ਬੰਦੇ ਖੜੇ ਸੀ ਆਪਣੇ ਬਾਰ ਚ ਤੇ ਭਾਈ ਲੋੜਾ ਆ ਗਿਆ ਅਸੀਂ ਗੱਲਾਂ ਬੋਲੀਆਂ ਤੇ ਤਾਈ ਤੇ ਮੈਂ ਉਹਨੂੰ ਵੀ ਸਮਝਾ ਲੈਣਾ ਜਿਹੜੀ ਜਿੱਠ ਦੀ ਜੀਬ ਲੱਗੀ ਸੀ ਬੋਲਦੀ ਸੀ ਬੇਬੇ ਸਭ ਮੱਥਾ ਮਾਰ ਕੇ ਆਇਆ ਉਹਦੇ ਨਾਲ ਪਹਿਲਾਂ ਬਥੇਰਾ ਉਹਨੂੰ ਸਮਝਾ ਕੇ ਆਇਆ ਉਹ ਕਿਹੜਾ ਸਮਝਦੀ ਐ ਤੁਸੀਂ ਤਾਂ ਸਿਆਣੀਓ ਤੁਸੀਂ ਸਮਝਿਓ ਚਲ ਭਾਈ ਤੁਹਾਡੇ ਘਰੋਂ ਖਲੇਸ ਮੁੱਕਿਆ ਮੈਂ ਤੇ ਤੇਰੀ ਤਾਈ ਨਾਲ ਆ ਗਈ ਜੇ ਨਾ ਬੋਲੂ ਤੁਹਾਡੇ ਬਾਰ ਕੇ ਚਲੀ ਜਾਂਦਾ ਕੰਮ ਮੈਂ ਤਾਂ ਆਉਂਦੀ ਨਹੀਂ ਜਿੰਨੇ ਦਿਨ ਤੁਹਾਡੇ ਕੰਮ ਚੱਲਦਾ ਮੈਂ ਤੇ ਇੱਥੇ ਬੈਠੀ ਹਾਂ ਕੋਈ तेन कुत्ता समझ नहीं मेरी बेबे फिर मतलब कुत्ते बिल्लिया वर्गी हुई ना ना भाई कुत्ते बिल्लिया वर्गी क्यों हुई तो सियाने ने पखाना पाया कहने दो रोटियां तो आप कुत्ते भी पा देने के कुत्तिया ना तो नहीं माड़ी मेरी भैन है इन्हू कड़ा रोटी नहीं मिली तो पखाना पाया बेबे हथ बना लै पैरी पगत रह लै क्यों बेइज्जती कर दी चल आप घरे चलिए ਸਰੀਕਾਂ ਦੇ ਬੈਂਦੀ ਤੂੰ ਸੋਹਣੀ ਨਹੀਂ ਲੱਗਦੀ ਓ ਭਾਈ ਤੂੰ ਤਾਂ ਉਹ ਗੱਲ ਕਰਦਾ ਕਿ ਬਾਗੀਆਂ ਦਾ ਖਤਾਲਤੀ ਤੇ ਮਾਲੀਆਂ ਤਾਂ ਨਹੀਂ ਤਾਰੀ ਇਹ ਤੁਸੀਂ ਤੇ ਤੇਰੀ ਬਹੁਤ ਤਾਂ ਘਰੋਂ ਕੱਢਤੀ ਮੈਂ ਨਹੀਂ ਭਾਈ ਘਰੋਂ ਕੱਢਦੀ ਇਹਨੂੰ ਓ ਤਾਈ ਤੂੰ ਕਿਹੜੀਆਂ ਗੱਲਾਂ ਕਰਦੀ ਐ ਸਾਰੀਆਂ ਗੱਲਾਂ ਮੈਨੂੰ ਬਾਹਰ ਕੇ ਸੁਣੀ ਜਾਂਦੀਆਂ ਸੀਗੀਆਂ ਓ ਸਾਰੀ ਨਾ ਲੜਾਈ ਜੜ ਤਾਂ ਤੂੰ ਹੀ ਐ ਓ ਭਾਈ ਕਾਹੋਂ ਸੁਣਦਾ ਸੀ ਮੈਨੂੰ ਪਤਾ ਹਰਪ੍ਰੀਤ ਨੇ ਭੇਜਿਆ ਤੈਨੂੰ ਸਿੱਖਿਆ ਕੇ ਤਾਈ ਆਇਆ ਭਾਈ ਸਾਡੇ ਸਿੱਖਿਆ ਸਿਖਾਇਆ ਤੇਰੇ ਤੇ ਆਇਆ ਭਾਈ ਓ ਤਾਈ ਤੂੰ ਹੱਥ ਬਣਾ ਲੈ ਭੇਜ ਦੇ ਮੇਰੀ ਮਾਂ ਨੂੰ ਕਿਉਂ ਸਾਡੀ ਬੇਇੱਜ਼ਤੀ ਕਰਾਉਣੀ ਨਹੀਂ ਨਹੀਂ ਭਾਈ ਕਹਿੰਦੀ ਸੋਸਾ ਕੁਛ ਮੈਨੂੰ ਬੋਲੀ ਆ ਭਾਈ ਹਰਪ੍ਰੀਤ ਦਾ ਪਤਾ ਨਹੀਂ ਕੀ ਕੁਛ ਬੋਲੀ ਹੈਗੀ ਆਪਾਂ ਇਹਨਾਂ ਦੇ ਸਰੀਕਾ ਨਹੀਂ 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 ਬਣ ਹੁਣ ਫਿਰ ਜਦੋਂ ਮੇਰਾ ਮੁੰਡਾ ਲ ਜਾਂਦਾ ਫਿਰ ਮੈਂ ਤੁਹਾਡੇ ਘਰੇ ਕਿੰਨਾ ਕੁ ਚਿਰ ਬੈਠੂੰਗੀ ਹਨਾ ਹੁਣ ਤਾਂ ਮੇਰਾ ਪੁੱਤ ਲੈਣਾ ਹੈ ਮੇਰੀ ਕਦਰ ਹੈ ਫਿਰ ਮੇਰੀ ਕਦਰ ਨਹੀਂ ਪੈਣੀ ਚਲ ਭਾਣੇ ਦੇਖ ਲੈ ਫਿਰ ਆਏ ਲਾਖੀ ਵੀ ਮੈਨੂੰ ਜਦੋਂ ਐਮਰਜੈਂਸੀ ਦੇ ਘਰੋਂ ਤੇ ਨਹੀਂ ਨਹੀਂ ਹੁਣ ਤਾਂ ਮੇਰਾ ਪੁੱਤ ਹੈ ਬਣ ਹੁਣ ਤਾਂ ਮੇਰੀ ਕਦਰ ਹੈ ਜੇ ਮੈਨੂੰ ਨਾ ਲੈਣਾ ਹੈ ਆਉਂਦਾ ਫਿਰ ਮੈਂ ਤੇਰੇ ਕੋਲ ਪਈ ਸੀ ਹੁਣ ਤਾਂ ਮੈਂ ਜਾਨੀ ਪੜਕੇ ਵਗ ਜਾਂਦੀ ਹੁਣ ਤਾਂ ਮੇਰੇ ਨਾਲ ਤੂੰ ਆਈਏਂਗੀ ਹੁਣ ਉਹਨੇ ਪੈਰੀ ਫੇਰ ਮੁੜ ਗਈ ਕੀ ਹੁੰਦਾ ਸੀ ਅੱਜ ਦੀ ਰਾਤ ਇੱਥੇ ਨਾ ਮੈਂ ਮੇਰੇ ਪੁੱਤ ਨੂੰ ਨਹੀਂ ਮੋੜਦੀ ਜੇ ਮੇਰੇ ਨੂੰ ਆ ਜਾਂਦੇ ਉਹਨੂੰ ਮੈਂ ਮੋੜ ਦਿੰਦੀ ਹੁਣ ਤਾਂ ਮੈਂ ਜਾਊਂਗੀ ਦੇਖ ਲੈ ਬੇਬੇ ਮੇਰੀ ਤਾਈ ਕੀ ਗੱਲਾਂ ਕਰਦੀ ਐ ਇਹ ਰੋਟੀਆਂ ਦੇਣ ਦੀ ਕਰਦੀ ਕਰਦੀ ਐ ਨਾ ਗੱਲਾਂ ਆਪਦੀ ਨੂੰ ਤਾਂ ਆਪ ਹੀ ਰੋਟੀਆਂ ਖਾ ਲੇ ਇਹਨੂੰ ਆਪ ਨੂੰ ਤਾਂ ਕੋਈ ਪਰੋਠੇ ਮਿਲਦੇ ਨਹੀਂਗੇ ਚਲ ਕੋਈ ਨਾ ਪੁੱਤ ਉਹ ਜਾਣ ਕੇ ਆਪਣੀ ਬੇਇੱਜ਼ਤੀ ਕਰਾਉਂਦੀ ਸੀ ਆਪਣੇ ਵਰਗੇ ਚੱਲਦਾ ਕੰਮ ਚਲ ਕੋਈ ਨਾ ਪੁੱਤ ਬੇਇੱਜ਼ਤੀ ਕਾਹਨੂੰ ਕਰਾਉਂਦੀ ਸੀਗੀ ਹਰਪ੍ਰੀਤ ਵੀ ਨਹੀਂ ਹੱਟਦੀ ਬੋਲਣ ਐਵੇਂ ਲੱਗਦਾ ਪੁੱਤ ਤੂੰ ਯਕੀਨ ਨਾ ਕਰਿਆ ਕਰ ਦੇਖ ਲਾ ਵਰਕਰੇ ਨੇ ਮੈਨੂੰ ਬੋਲੀ ਕਿੱਥੇ ਪਾਉਂਦੀ ਸੋਰਗ ਹੋਰ ਕੀ ਮੈਂ ਤੈਨੂੰ ਬਾਹਾਂ ਵਾਲੇ ਕਮਰਿਆਂ ਚ ਪਾਉਂਦੀ ਇੱਥੇ ਪਾਉਂਦੀ ਤੈਨੂੰ ਇੱਥੇ ਆਪੇ ਕਰ ਤੇਰਾ ਜੀ ਅੱਕ ਜਾਂਦਾ ਤੜ ਕੇ ਉੱਠ ਗਈ ਘਰੇ ਭੱਜ ਜਾਂਦੀ ਨਹੀਂ ਆਏ ਨੀ ਪਤਾ ਇੱਥੇ 10 ਦਿਨ ਮੇਰੇ ਘਰੇ ਬੈਠੀ ਰਹਿੰਦੀ ਉਹੀ ਗੱਲ ਮੈਨੂੰ ਤਾਂ ਕਦੇ ਸ਼ਰਮ ਦੇ ਤਾਂ ਮੈਨੂੰ ਤਾਂ ਲਿਆਉਣਾ ਪੈ ਗਿਆ ਘਰੋਂ ਨਾਲ ਕਿਤੇ ਮੇਰੇ ਉੱਠ ਕੇ ਨਾਲ ਤੁਰਤੀ ਆਏ ਹੁਣ ਮੈਂ ਕਿਵੇਂ ਆਖਾਂ ਵੀ ਮੈਂ ਲੈ ਕੇ ਨਹੀਂ ਜਾਂਦੀ ਚੰਗਾ ਪਰੇ ਬਾਗੀ ਸੀ 7 ਰੋਟੀਆਂ ਖਾਂਦੀ ਨਾਲੇ ਇੱਥੇ ਕਾਵਾ ਕਰਦੀ ਸਾਰੀ ਰਾਤ ਸੌਂਦੀ ਨਹੀਂ ਸੀ ਗੱਲਾਂ ਮਾਰੀ ਜਾਂਦੀ